ਦੱਸ ਕਰਨਾ ਸੀ ਨਾ ਪੁੱਤ ਤਾਂ ਪੈਰਿਸ ਚ ਜੰਮਣਾ ਸੀ ਜਿੱਥੇ ਉਹ ਟ੍ਰਾਂਸਫਾਰਮ ਹੈ। ਉਹ ਟ੍ਰਾਂਸਫਾਰਮਰ ਨਿੰਜਾ ਆਈਫਲ ਟਾਵਰ ਟ੍ਰਾਂਸਫਾਰਮਰ ਇਹ ਪੰਜਾਬ ਵਿੱਚ ਜੰਮੇ ਸੀ ਮਾਤਾ। ਮਰੇ ਨਾ ਫਿਰ ਕੁੱਤੇ ਦੀ ਮੌਤ, ਕੁੱਤੇ ਦੀ ਮੌਤ ਹੈ, ਮਰ ਜਾ ਤੂੰ ਵੀ ਖਤਮਾ ਨੂੰ ਖਾੜਿਆ ਪਿਆਰ ਕਰ ਲੈ। ਹੈਲੋ ਵਾਟਸ ਅਪ ਗਾਇਸ, ਵੈਲਕਮ ਬੈਕ ਟੂ ਫਨਕਾਰੀਆਂ। ਕਿੱਦਾਂ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਮੈਂ ਤੁਹਾਡਾ ਆਪਣਾ ਅਵਲੀ ਚੌਧਰੀ। ਤੇ ਅੱਜ ਅਸੀਂ ਰਿਐਕਸ਼ਨ ਕਰਨ ਜਾ ਰਹੇ ਹਾਂ ਜੱਟ ਐਂਡ ਜੂਲੀਅਟ 3 ਦੇ ਟ੍ਰੇਲਰ ਤੇ। ਇਸ ਟ੍ਰੇਲਰ ਨੇ ਬੜਾ ਇੰਤਜ਼ਾਰ ਕਰਵਾਇਆ। 2012 ਜੱਟ ਐਂਡ ਜੂਲੀਅਟ ਤੇ 2013 ਜੱਟ ਐਂਡ ਜੂਲੀਅਟ 2 ਮੂਵੀ ਆਈ ਸੀ ਤੇ 11 ਸਾਲਾਂ ਬਾਅਦ ਜਾ ਕੇ ਟ੍ਰੇਲਰ ਆਇਆ ਜੀ ਜੱਟ ਐਂਡ ਜੂਲੀਅਟ 3 ਦਾ। ਤੇ ਅੱਜ ਅਸੀਂ ਇਹਦੇ ਟ੍ਰੇਲਰ ਦੇ ਰਿਐਕਸ਼ਨ ਕਰਾਂਗੇ। ਇਹਦੇ ਅੰਦਰ ਨੀਰੂ ਬਾਜਵਾ, ਦਿਲਜੀਤ ਦੁਸਾਂਝ ਦੇ ਨਾਲ ਨਵੇਂ ਕਿਹੜੇ ਕਰੈਕਟਰ ਪਾਏ ਨੇ? ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਪਹਿਲੀਆਂ ਜਿਹੜੀਆਂ ਦੋਨੋਂ ਮੂਵੀਆਂ ਆਈਆਂ ਉਹਨਾਂ ਦੇ ਅੰਦਰ ਨੀਰੂ ਬਾਜਵਾ ਤੇ ਦਿਲਜੀਤ ਦੁਸਾਂਝ ਦੇ ਨਾਲ ਨਾਲ ਸ਼ੈਂਪੀ ਦੀ ਡੱਡੀ ਤੇ ਸ਼ੈਂਪੀ ਦੇ ਡੈਡੀ, ਉਹ ਵੀ ਮਜ਼ੇ ਦੇ ਕਰੈਕਟਰ ਸੀਗੇ। ਤੇ ਆਓ ਟ੍ਰੇਲਰ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਕਿ ਕਿੰਨਾ ਕੁ ਮਜ਼ਾ ਆਉਣ ਵਾਲਾ ਟ੍ਰੇਲਰ ਦੇ ਅੰਦਰ, ਕਿੰਨਾ ਕੁ ਫਨ ਦੇ ਨਾਲ ਇਹ ਭਰਿਆ ਹੋਇਆ ਟ੍ਰੇਲਰ ਆ। ਤੇ ਆਓ ਸਟਾਰਟ ਕਰਦੇ ਹਾਂ ਰਿਐਕਸ਼ਨ। ਯਾਰ ਤੇਰਾ ਦਿਮਾਗ ਖਰਾਬ ਆ, ਤੇਰਾ ਖਰਾਬ ਆ, ਤੂੰ ਮੇਰਾ ਖਰਾਬ ਆ, ਤੂੰ ਵਕੀਲ ਕਿਉਂ ਨਹੀਂ ਲੱਗੀ? ਤੂੰ ਗਲਤ ਆ ਸੋੜਾ ਮੇਰੀ, ਹਾਏ ਉਹ ਤੱਕਾ ਨਾ ਮਾਰ, ਸਫੈਦੇ ਜਾ ਕੇ ਵੱਜੇਗੀ, ਸਫੈਦੇ ਚ ਵੱਜੇਗੀ, ਪੰਜਾਬ ਚ ਡਿੱਗੇਗਾ, ਮੈਂ ਮਾਰਾਂ ਨਾ ਚੰਨ ਤੇ ਪਹੁੰਚ ਜਾਏਗੀ, ਕੀ ਬਾਤ ਹੈ, ਵਾਯੂ ਮੰਡਲ ਤੋਂ ਬਾਹਰ ਜਾਏਗਾ, ਮਾਰ ਵਾਯੂ ਮੰਡਲ, ਮਾਰ ਮੈਂ ਵੀ ਦੇਖ ਕੇ ਆਵਾਂ ਭਾਰਤ ਵਾਲਾ ਦਾ ਜੱਟ, ਅਜਾ ਗੱਲਾਂ ਹੀ ਕੀਤੀਆਂ ਨੇ, ਮਾਰਦੇ ਵੀ ਆ, ਜੂਲੀਅਟ ਤੇਰਾ ਜੱਟ ਬੜਾ ਸੈਡ ਨਹੀਂ, ਹਾਏ ਹਾਏ ਹਾਏ, ਉਹ ਮੁਰਸ਼ੀ ਕੁਝ ਲੱਗੇ ਬੈਡ ਨਹੀਂ, 75,000 ਉਹਦੀ ਤਨਖਾਹ, 45,000 ਮੇਰੀ ਤਨਖਾਹ, 40,000 ਮੇਰੀ ਰਿਸ਼ਵਤ, 60,000 ਉਹਦੀ ਰਿਸ਼ਵਤ, ਕਿੰਨੇ ਦਾ ਦੇ ਦੇ, 2,00,000 ਰੁਪਈਆ, ਚੰਗਾ ਹਾਲ ਹੈ, 2,00,000 ਰੁਪਈਆ। ਜਿਹੜਾ ਚੰਦਰਮਾ ਸੀ ਨਾ ਧਰਤੀ ਨੂੰ ਬਹੁਤ ਪਸੰਦ ਕਰਦਾ ਸੀ, ਪਰ ਕਦੇ ਕਿਹਾ ਨਹੀਂ, ਜੇ ਕਿਤੇ ਕਹਿ ਦਿੰਦਾ ਤਾਂ ਚੰਨ ਸਾਡਾ ਮਾਮਾ ਨਹੀਂ ਬਾਪੂ ਹੁੰਦਾ। ਚੰਨ ਕਹਿ ਸਕਦਾ ਜੀ ਰਾਹੂ ਕੇਤੂ ਨੀ, ਨਾਲੇ ਗ੍ਰਹਿਆਂ ਦਾ ਤਾਂ ਇਲਾਜ ਹੋ ਜਾਂਦਾ, ਮੈਂ ਕਿਉਂ ਪਕਾਉਂਗੀ, ਮੈਂ ਤੇਰੇ ਬਰਾਬਰ ਕੰਮ ਕਰਦੀ ਆ ਨਾ, ਤੂੰ ਸਾਡਾ ਹੱਕ ਇੱਥੇ ਰੱਖ, ਮੇਰੀ ਮੰਮੀ ਰੋਟੀਆਂ ਬਣਾਉਂਦੀ, ਪਰ ਤੇਰੀ ਮਾਂ ਤਾਂ ਅਨਪੜ੍ਹ ਤੇ ਤੇਰਾ ਪਿਓ ਕਾਲਾ, ਤੂੰ ਕਹੇਂਗੀ ਬੋਲੀ ਬੋਲੀ ਗੱਲ ਆ ਗਈ, ਤੇਰੀ ਮਾਂ ਹੈ ਅਨਪੜ੍ਹ ਤੇ ਤੇਰਾ ਪਿਓ ਹੈ ਕਾਲਾ। ਪਰ ਮਾਤਾ ਮੈਨੂੰ ਚੰਗੀ ਲੱਗਣ ਲੱਗ ਪਈ ਸੀ, ਮੈਨੂੰ ਪਿਆਰ ਹੋ ਗਿਆ ਸੀ ਉਹਦਾ, ਕਰਨਾ ਸੀ ਨਾ ਪੁੱਤ ਤਾਂ ਪੈਰਿਸ ਚ ਜੰਮਣਾ ਸੀ ਜਿੱਥੇ ਉਹ ਟ੍ਰਾਂਸਫਾਰਮ ਹੈ। ਇਹ ਪੰਜਾਬ ਵਿੱਚ ਜੰਮੇ ਸੀ ਮਾਤਾ। ਮਰੇ ਨਾ ਫਿਰ ਕੁੱਤੇ ਦੀ ਮੌਤ, ਕੁੱਤੇ ਦੀ ਮੌਤ ਹੈ, ਮਰ ਜਾ ਤੂੰ ਵੀ ਖਤਮਾ ਨੂੰ ਖਾੜਿਆ ਪਿਆਰ ਕਰ ਲੈ। ਅੱਛਾ ਮੇਰੀ ਬੁੱਗੀ, ਉਹ ਕੌਣ ਆ? ਨਵੀਂ ਬੁੱਗੀ, ਇਹ ਦੇਸ਼ ਦੀ ਬੇਟੀ ਆ ਜੀ, ਦੇਸ਼ ਦੀ ਬੇਟੀ ਦੀ ਹੈਲਪ, ਦੇਸ਼ ਦੀ ਹੈਲਪ, ਆਫਟਰ ਆਲ ਬੇਗਾਨੇ ਮੁਲਕ 'ਚ ਪੰਜਾਬੀ ਪੰਜਾਬੀ ਦੇ ਕੰਮ, ਪੰਜਾਬੀ ਦੇ ਕੰਮ ਹੁੰਦਾ ਹੈ। ਅਜੇ ਪੁਰਾਣੇ ਵੀ ਡਾਇਲੌਗ ਵਿੱਚ ਐਡ ਕੀਤੇ, ਪਿੱਛੇ ਅੱਗੇ ਪਿੱਛੇ ਪਰੀਆਂ, ਹੁਣ ਤਾਂ ਮੈਂ ਤੈਨੂੰ ਬੁੱਢੀ ਲੱਗੂਗੀ ਨਾ, ਤੂੰ ਤਾਂ ਪਾਲਦਾ ਕੱਚੀ ਕੱਚੀ ਹੈ ਨਾ, ਕੱਚੀ ਕੱਚੀ, ਕੱਚੀ ਕੱਚੀ ਦੀ ਗੱਲ ਕੀਤੀ ਹੁਣ ਤੂੰ ਹੈ, ਜੇ ਅਸੀਂ ਕੀਤੀ ਹੁੰਦੀ ਤਾਂ ਮੇਰਾ ਜਿਸ ਤਰ੍ਹਾਂ ਮੇਰਾ ਰੂਲ ਵਾਲੀਆਂ ਨੇ ਕਹਿਣਾ ਸੀਗਾ ਵੀ ਆਹ ਦੇਖੋ ਮੇਲ ਜਰ, ਮੇਰਾ ਜਿਸ ਤਰ੍ਹਾਂ ਮੇਰੀ ਮਰਜ਼ੀ। ਅੱਛਾ ਦਿਲਜੀਤ ਦੁਸਾਂਝ ਸਾਹਿਬ ਨਾ ਜਿਹੜੇ ਪਾਕਿਸਤਾਨੀ ਜਿਹੜੇ ਟ੍ਰੈਂਡਾਂ ਬੜੇ ਫੋਕਸ ਕਰਦੇ ਉਹਨਾਂ ਤੇ, ਡੱਡੂਆਂ ਤੂੰ, ਡੱਡੂ ਡੱਡੂ ਦੇਖ ਕੇ ਟਪੂਸੀ ਮਾਰਦਾ ਹੈ ਤੂੰ, 70-80 ਪੱਛਮ ਦੇ ਗੋਲੇ ਲੈ ਲਾ ਹੈ, ਆ ਰੌਂਦੀ ਜਾਂਦੀ ਤੋਂ ਮੇਰੇ ਗੁੱਟ ਤੇ ਰੱਖੜੀ ਬਣਾ ਦੇ, ਆ ਸਵੈਟਰ ਬੋਰਡ ਤੇ ਮੇਰੀ ਬਾਤ ਬਾਹ ਦੇ। ਮੈਨੂੰ ਤੇਰੇ ਵੀਰ ਜੀ ਨੇ ਦੱਸਿਆ ਕਿ ਤੇਰਾ ਵੀ ਟਾਬਾ ਹੈ ਇੱਥੇ, ਮੈਂ ਸੋਚਿਆ ਮੈਂ ਵੀ ਆਪ ਦੇ ਨਨਾਣ ਨੂੰ ਮਿਲ ਲਵਾਂ, ਪ੍ਰਾਣੀ ਆ ਮੇਰਾ, ਵੀ ਆਰ ਜਸਟ ਬਿਜ਼ਨਸ ਪਾਰਟਨਰਸ, ਹਾਏ ਪ੍ਰਾਣੀ ਮੰਨ, ਤੂੰ ਰੱਖੜੀ ਨਹੀਂ ਬਣਵਾਉਂਦਾ, ਮੇਰੇ ਮੋਤੀਆ ਉਤਰੇ ਮਜ਼ਾ ਆ ਗਿਆ।
ਤੁਸਾਂ ਨੇ ਦੋ ਦੋ ਸਾਮ ਰੱਖੇ ਨੇ, ਅਸਾਂ ਕੋਲ ਇੱਕ ਵੀ ਨਹੀਂ। ਇੱਕ ਦੇ ਦਿਓ ਨਾ, ਤੁਸੀਂ ਕੀ ਕਰੋ ਦੇ ਦੋ ਦਾ। ਪੱਗ ਦੀ ਪੂਣੀ ਕਰਾਇਆ ਕਰਾਂ, ਦੋਨੇ ਪੱਗ ਦੀ ਪੂਣੀ ਕਰਿਆ ਕਰਨਗੇ, ਮੈਂ ਵਿਚਾਲੇ ਭੱਜ ਭੱਜ ਕੇ ਠੀਕ ਕਰਿਆ ਕਰੂੰਗੀ। ਸਹੀ ਗੱਲ ਹੈ, ਟੈਕੇ ਵਜੇ ਨਹੀਂ ਤਾਂ ਫੈਂਟੂ ਬਹੁਤ। ਫੈਂਟੂ ਬਹੁਤ ਪੈਣੀਆਂ 27 ਜੂਨ ਨੂੰ। ਆਇਓ ਆਇਓ ਜੁੱਤੀਆਂ ਪੈਣੀਆਂ 27 ਜੂਨ ਨੂੰ। ਉਹ ਕਹਿੰਦੇ ਆ ਨਾ, ਪੰਜਾਬ ਪੁਲਿਸ ਦੀ ਦੁਸ਼ਮਣੀ ਮਾਰੀ ਤੇ ਦੋਸਤੀ ਨਿਧੀ ਕੁੱਤੀ ਚੀਕਾ। ਇਹ ਡਾਇਲੌਗ ਵੈਸੇ ਮਿਸ ਕੀਤਾ ਮੈਂ ਇਸ ਟ੍ਰੇਲਰ ਦੇ ਅੰਦਰ, ਬਾਕੀ ਟ੍ਰੇਲਰ ਵੇਖ ਕੇ ਮਜ਼ਾ ਆਇਆ ਯਾਰ। ਮੂਵੀ ਦਾ ਐਜ਼ ਯੂਜ਼ੁਅਲ ਤੁਹਾਨੂੰ ਪਤਾ ਕਿ ਮੈਨੂੰ ਤਾਂ ਬਹੁਤ ਇੰਤਜ਼ਾਰ ਹੁੰਦਾ ਪੰਜਾਬੀ ਮੂਵੀ ਦਾ ਕਿ ਯਾਰ ਆਵੇ ਤੇ ਅਸੀਂ ਵੀ ਥੋੜਾ ਜਿਹਾ ਆਪਣੀ ਜ਼ਿੰਦਗੀ ਜਿਹੜਾ ਨਾ ਉਹ ਇੰਟਰਟੇਨਮੈਂਟ ਨੂੰ ਜਗਾ ਸਕੀਏ। ਟ੍ਰੇਲਰ ਵੇਖਿਆ ਯਾਰ, ਬੜਾ ਮਜ਼ਾ ਆਇਆ ਟ੍ਰੇਲਰ ਦੇ ਅੰਦਰ। ਸਾਰੀਆਂ ਚੀਜ਼ਾਂ ਜਿਹੜੀਆਂ ਸੀ ਪਹਿਲੇ ਵਾਲੀਆਂ ਕਾਫੀ ਨਜ਼ਰ ਆਈਆਂ, ਕੋਈ ਡਾਇਲੋਗ ਨਜ਼ਰ ਆਏ, ਕੁਛ ਕਰੈਕਟਰ ਨਜ਼ਰ ਆਏ। ਨਾ ਸਿਰਫ ਚੁਨੌਤੀ ਦਾ ਕਰੈਕਟਰ ਜਿਹੜਾ ਉਹ ਨਵਾਂ ਸੀ, ਜਿਹੜੀ ਦੂਸਰੀ ਕੁੜੀ ਉਹਦਾ ਕਰੈਕਟਰ ਕੁਛ ਨਵਾਂ ਸੀ। ਬੇਬੇ ਜਿਹੜੀ ਨੇ ਉਹਦੀ ਜੁਗਲ ਲਾਈਨ ਉਹਨੇ ਕਿਹਾ ਕਮਾਲ ਕਰਤੀ, ਕਹਿੰਦਾ ਬੇਬੇ ਪਿਆਰ ਉਹਨੇ ਵੀ ਕੀਤਾ ਸੀ ਤੇ ਉਹਨੇ ਵੀ ਕੀਤਾ ਸੀ। ਬੇਬੇ ਕਹਿੰਦੇ ਜੇ ਪਿਆਰ ਕਰਨਾ ਸੀ ਤੇ ਪੈਰਿਸ ਜੰਮਣਾ ਸੀ, ਜਿੱਥੇ ਕੀ ਇਹ ਟਰਾਂਸਫਾਰਮਰ, ਉਹਨੇ ਆਈਫਲ ਟਾਵਰ ਨੂੰ ਟਰਾਂਸਫਾਰਮਰ ਕਹਿ ਦਾ। ਕਹਿੰਦਾ ਬੇਬੇ ਸੱਸੀ ਇਹ ਵੋ, ਉਹਨਾਂ ਨੇ ਵੀ ਤਾਂ ਕੀਤਾ ਸੀ। ਕਹਿੰਦੀ ਮਰੇ ਨਾ ਫਿਰ ਕੁੱਤੇ ਦੀ ਮੌਤ, ਮਤਲਬ ਕਿ ਮਰਨਾ ਵਿਚਾਰੇ ਨੇ, ਇਹਨੇ ਵੀ ਕੁੱਤੇ ਦੀ ਮੌਤ ਆ। ਇਹ ਮੇਰਾ ਖਿਆਲ ਕਿਤੇ ਮਿਸ਼ਨ ਦੇ ਬਾਹਰ ਆ ਜਾਂਦੇ ਆ ਬਾਹਰਲੇ ਮੁਲਕ ਤੇ, ਉੱਥੇ ਜਿਹੜਾ ਵਾ ਇਹਨੂੰ ਦੂਸਰੀ ਪਸੰਦ ਆ ਜਾਂਦੀ। ਉਹ ਵਿਚਾਰਾ ਨਾ ਹੁਣ ਦੋਵਾਂ ਦੇ ਦਰਮਿਆਨ ਚ ਜਿਹੜਾ ਨਾ ਉਹ ਪਿਸ ਕੇ ਰਹਿ ਗਿਆ, ਉਹਨਾਂ ਨੂੰ ਸਮਝ ਨੀ ਆ ਰਹੀ ਕਿ ਮੈਂ ਸੱਜੇ ਪਾਸੇ ਜਾਵਾਂ ਕਿ ਖੱਬੇ ਪਾਸੇ ਜਾਵਾਂ। ਪੱਗ ਦੀ ਪੂਣੀ ਕਰਾਉਣ ਦਾ ਤਾਂ ਉਹਨੇ ਸੋਚ ਲਿਆ, ਲੇਕਿਨ ਮੈਨੂੰ ਲੱਗਦਾ ਆ ਕਿ ਉਹਨੂੰ ਇਹ ਪੂਣੀ ਮਹਿੰਗੀ ਪੈ ਜਾਣੀ ਆ। ਬਾਕੀ ਯਾਰ ਮੂਵੀ ਦਾ ਇੰਤਜ਼ਾਰ ਆ ਤੁਹਾਡੇ ਨਾਲ ਨਾਲ ਤੁਹਾਨੂੰ ਵੀ ਹੋਏਗਾ। ਕਮੈਂਟ ਸੈਕਸ਼ਨ ਵਿੱਚ ਦੱਸਣਾ ਕਿ ਤੁਹਾਨੂੰ ਟ੍ਰੇਲਰ ਕਿੱਦਾਂ ਦਾ ਲੱਗਿਆ, ਕਿ ਟ੍ਰੇਲਰ ਤੇ ਮੇਰਾ ਰਿਐਕਸ਼ਨ ਤੁਹਾਨੂੰ ਕਿੱਦਾਂ ਦਾ ਲੱਗਿਆ। ਆਪਣੀ ਟ੍ਰੇਲਰ ਦੇ ਰਿਐਕਸ਼ਨ ਦੇ ਇਜ਼ਹਾਰ ਰਾਏ ਕਰਨੀ ਤੁਸੀਂ ਨਹੀਂ ਭੁੱਲਣਾ, ਤੇ ਕਿਸੇ ਹੋਰ ਟ੍ਰੇਲਰ ਦੇ ਜਾਂ ਕਿਸੇ ਹੋਰ ਵੀਡੀਓ ਦੇ ਰਿਐਕਸ਼ਨ ਕਰਾਉਣਾ ਹੋਵੇ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ। 27 ਨੂੰ ਮੂਵੀ ਆ ਰਹੀ ਹੈ, ਜਾ ਕੇ ਵੇਖਣਾ ਤੇ ਸਾਨੂੰ ਵੀ ਦੱਸਣਾ ਮੂਵੀ ਦੇ ਟ੍ਰੇਲਰ ਦਾ ਅਸੀਂ ਰਿਐਕਸ਼ਨ ਰਿਵਿਊ ਵੀ ਆਪਾਂ ਬੜੀ ਜਲਦੀ ਲੈ ਕੇ ਆਵਾਂਗੇ। ਮਿਲਦੇ ਹਾਂ ਅਗਲੀ ਵੀਡੀਓ ਚ, ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।